ਸਿੰਝੋੜੇ ਫੈਕਟਰੀ ਉਹਨਾਂ ਨਾਲ ਮੈਂ ਹਾਂ ਤੁਹਾਡਾ ਦੋਸਤ ਲਾਲੀ ਗੇਲ ਤਾਂ ਦੋਸਤੋ ਅੱਜ ਅਮਰਸਰ ਦੀ ਵੱਲਾ ਮੰਡੀ ਪਹੁੰਚੇ ਆ ਹਾਲਾਤ ਤੁਹਾਡੇ ਨਾਲ ਸਾਂਝੇ ਜਾ ਰਹੇ ਆ ਅਮਰਸਰ ਦੀ ਵੱਲਾ ਮੰਡੀ ਦੇ ਸਬਜੀ ਮੰਡੀ ਜਿਹੜੀ ਬਹੁਤ ਵੱਡੀ ਮੰਡੀ ਮੰਨਿਆ ਜਾਂਦਾ ਇੱਥੋਂ ਆਦਾਨ ਪ੍ਰਦਾਨ ਹੁੰਦਾ ਸਬਜ਼ੀਆਂ ਦਾ ਸਵੇਰੇ ਕਿਸਾਨ ਵੀਰ ਆਉਂਦੇ ਨੇ ਆਰਤੀਏ ਵੀਰ ਆਉਂਦੇ ਨੇ ਪਰ ਹਾਲਾਤ ਜਿਹੜੇ ਨੇ ਬਹੁਤ ਹੀ ਬੱਤਰ ਬੱਤਰ ਬਣੇ ਹੋਏ ਨੇ ਇਸ ਮੰਡੀ ਦੇ ਇਹ ਜਿਹੜੀ ਵੱਲਾ ਮੰਡੀ ਹੈ ਜਾਨੀ ਕਿ ਇੱਥੋਂ ਸਬਜ਼ੀਆਂ ਦਾ ਆਦਾਨ ਪ੍ਰਦਾਨ ਹੁੰਦਾ ਸਬਜ਼ੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਤਾਂ ਹੀ ਜਾਂਦੀਆਂ ਨੇ ਪਰ ਹਾਲਾਤ ਜਿਹੜੇ ਨੇ ਬੂਰੇ ਬਣੇ ਹੋਏ ਨੇ ਬਹੁਤ ਇਹੋ ਜਿਹੇ ਹਾਲਾਤ ਨੇ ਜੇ ਬਹੁਤ ਸਾਰੇ ਸਮਾਜਿਕ ਵੀਰਾਂ ਨੇ ਮੁੱਦਾ ਉਠਾਇਆ ਵੀ ਆ ਤੇ ਸਾਡੇ ਨਾਲ ਵਿੱਚ ਸੋਨੂ ਜੰਡਿਆਲਾ ਜੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਬਾਰ-ਬਾਰ ਵੀਡੀਓ ਪਾਈਆਂ ਪਰ ਫਿਰ ਵੀ ਇੱਧਰ ਧਿਆਨ ਨਹੀਂ ਹੋਇਆ ਅਸੀਂ ਵੀ ਜਾਨਣਾ ਚਾਹੁੰਦੇ ਆ ਕਿ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਉਂ ਨਹੀਂ ਇਸ ਦਾ ਸੁਧਾਰ ਹੋ ਰਿਹਾ ਸੋਨੂ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਜੀ ਤੁਹਾਡਾ ਇਹ ਸੁਨ ਵੀ ਇਹ ਮੈਨੂੰ ਦੱਸੋ ਇਹ ਸਬਜ਼ੀ ਮੰਡੀ ਆ ਜਿਹੜੀ ਵੱਲ ਹੈ ਇਹਦੇ ਹਾਲਾਤ ਤੁਸੀਂ ਵੀ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਉਂ ਨਹੀਂ ਸੁਧਾਰ ਇਹਦਾ ਸੁਧਾਰ ਕਿੱਥੇ ਹੋਣਾ ਜਦੋਂ ਸਾਡੇ ਉਥੋਂ ਨਾਂ ਤੇ ਲੀਡਰ ਨਿਕਲਦੇ ਆ ਗੱਡੀਆਂ ਚੋਂ ਥੱਲੇ ਤੇ ਨਾਂ ਸਾਡੇ ਜਿਹੜੇ ਉਹ ਆਪਣਾ ਪ੍ਰਸ਼ਾਸਨ ਅਧਿਕਾਰੀ ਆ ਉਹ ਨਿਕਲਦੇ ਆ ਉਥੇ ਬੈਠੇ ਏਸੀਆਂ ਦੇ ਥੱਲੇ ਤੇ ਉਹਨਾਂ ਨੂੰ ਕੀ ਪਤਾ ਵੀ ਥੱਲੇ ਕੀ ਹੋਣ ਡਿਆ ਗੱਲਾਂ ਬਾਤਾਂ ਨਾ 스마트 ਸਿਟੀ ਬਣਾਤਾ ਇਹਨੂੰ ਇੱਥੇ ਕਿਨੇ ਕਿਨੇ ਸੈਂਟਰ ਸਰਕਾਰੋਂ ਪੰਜਾਬ ਸਰਕਾਰੋਂ ਜਿਹੜੇ ਫੰਡ ਆਉਂਦੇ ਆ ਕਿੱਥੇ ਲੱਗਦੇ ਆ ਪਤਾ ਲੱਗਣੀ ਡਿਆ ਆ ਤੁਸੀਂ ਇਦਾਂ ਵੇਖੋ ਵੀ ਜਦੋਂ ਇਜ਼ਰਾਈਲ ਦੀ جنگ ਲੱਗੀ ਨਾ ਉਥੇ ਗਾਜ਼ਾ ਪੱਟੀ ਬਣਾਤਾ ਇੱਥੇ ਕਦੇ ਬਹੁਤ ਬੰਬਾਰੀ ਹੋਈ ਜਾਂਦੀ ਉਹ ਟੀਨਾ ਵੇਖੋ ਕਿਦਾਂ ਡਿੱਗੀਆਂ ਵਾ ਤੇ ਇਹੋ ਕਿਸੇ ਦੇ ਥੱਲੇ ਵੱਜੀਆਂ ਸਿਰਚ ਤੇ ਪਤਾ ਲੱਗੂ ਇੱਥੇ ਲੀਡਰ ਨਾ ਕੋਈ ਲੀਡਰ ਇੱਥੇ ਆਉਂਦਾ ਵਾ ਤੇ ਨਾ ਹੀ ਇੱਥੇ ਕੋਈ ਜਿਹੜਾ ਵਾ ਪ੍ਰਸ਼ਾਸਨ ਦੇ ਅਧਿਕਾਰੀ ਆਉਂਦਾ ਉਥੇ ਏਸੀਆਂ ਦੇ ਕਮਰਿਆਂ 'ਚ ਬੈਠੇ ਮੀਟਿੰਗਾਂ ਕਰੀ ਜਾਂਦੇ ਜੂਮ ਮੀਟਿੰਗਾਂ ਕਰੀ ਜਾਂਦੇ ਉਥੋਂ ਨਿਕਲ ਨਗੇ ਤੇ ਫੇਰ ਗੱਲ ਪਤਾ ਲੱਗੂ ਨਾ ਸਰਕਾਰ ਤੇ ਕਹਿੰਦੀ ਸੀ ਵੀ ਅਸੀਂ ਜਾਵਾਂਗੇ ਗਰਾਊਂਡ ਜ਼ੀਰੋ ਤੇ ਲੋਕਾਂ ਦੇ ਵਿੱਚੋਂ ਚੱਲੂਗੀ ਪਰ ਇੱਥੇ ਪਤਾ ਲੱਗਦਾ ਸਰਕਾਰ ਦੇ ਨੁਮਾਇंदे ਕਿੱਥੇ ਰਹਿੰਦੇ ਆ ਇੱਥੋਂ ਥੋੜੀ ਦੂਰੀ ਤੇ ਇੱਥੋਂ ਦੇ ਵਿਧਾਇਕ ਜਿਹੜੀ ਮੈਡਮ ਉਹਨਾਂ ਦਾ ਘਰ ਆ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਨ ਇਥੇ ਜਿਹੜੀ ਗੱਡੀ ਜਾਂਦੀ ਬਾਹਰ ਕੋਈ ਇਥੇ ਟੈਕਸ ਲੱਗਦਾ ਬਾ ਉਹਦੀ ਪਰਚੀ ਕੱਟ ਕੇ ਹੱਥ 'ਚ ਫੜਾ ਦਿੰਦੇ ਪਰਚੀ ਕਾਦੀ ਲੈਂਦੇ ਜੇ ਇਹ ਜਦੋਂ ਇਥੇ ਸਬਜ਼ੀ ਵੇਚਣ ਆਉਂਦੇ ਕੋਈ ਤੇ ਜਦੋਂ ਤੁਸੀਂ ਉੱਥੇ ਸਾਫ ਸਫਾਈ ਕਰਨੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਸੁਖ ਹੁਸੂਲਤਾ ਨਹੀਂ ਦੇਣੀ ਤਾਂ ਫਿਰ ਪੈਸੇ ਕਾਦੇ ਲੈਂਦੇ ਜੀ ਇਹ ਟੈਕਸ ਦਿੱਤਾ ਲੋਕਾਂ ਨੇ ਉਹਨੂੰ ਲਾਓ ਕਿਤੇ ਹੁਣ ਗੱਲਾਂ ਬਾਤਾਂ ਨਾ ਬੜੀ ਈ ਸਾਫ ਹੈ ਹੈ ਤਾਂ ਸਬਜ਼ੀ ਮੰਡੀ ਹੈ ਬੇਗਾਨ ਜਾਨਵਰ ਵੀ ਬਹੁਤ ਨਜ਼ਰ ਆ ਰਹੇ ਇਥੇ ਕਿਵੇਂ ਦੇਖ ਰਹੇ ਹੋ ਸਬਜ਼ੀ ਮੰਡੀ ਦੇ ਹਾਲਾਤਾਂ ਨੂੰ ਸਬਜ਼ੀ ਮੰਡੀ ਨਹੀਂ ਇਹ ਪਸ਼ੂ ਮੰਡੀ ਆ ਜਿਹੜੇ ਹਿਸਾਬ ਨਾਲ ਬਣਾਤਾ ਨਾ ਇਥੇ ਇਥੇ ਬੰ ਦੇ ਜਿਹੜੇ ਗੱਲਾਂ ਬਾਤਾਂ ਕਰਦੇ ਆ ਉਹ ਪਤਾ ਨਹੀਂ ਕਿਸੇ ਸੁਤੇ ਆ ਉਹ ਇੱਥੇ ਆਣ ਕੇ ਜ਼ਮੀਨੀ ਹਕੀਕਤ ਵੇਖਣਾ ਕਿਨੇ ਕਿਨੇ ਗਨਮੈਨ ਲਈ ਫਿਰਦੇ ਇਹ ਨਾ ਜਾਨਵਰਾਂ ਦੇ ਨਾਂ ਤੇ ਤੇ ਇੱਥੇ ਆਣ ਕੇ ਪਤਾ ਲੱਗਦਾ ਵਾ ਵੀ ਕਿੰਨਾ ਕੁ ਲੋਕਾਂ ਚ ਜਾਗਰਤੀ ਆ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਵੀ ਆਲੇ ਦੁਆਲੇ ਸਾਫ਼ ਸੁਥਰਾ ਰੱਖੋ ਪਰ ਮੈਨੂੰ ਦੱਸੋ ਕਿ ਇਹ ਬੰਦਿਆਂ ਨੂੰ ਇੰਨਾ ਵੀ ਡਰ ਨਹੀਂ ਹੈਗਾ ਇਹਨਾਂ ਅਫਸਰਾਂ ਨੂੰ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨਹੀਂ ਗੱਲ ਮੰਨਦੇ ਆ ਕਿੱਥੇ ਸਫ਼ਾਈ ਦੱਸੋ ਮੈਨੂੰ ਆਲੇ ਦੁਆਲੇ ਇੰਨਾ ਗੰਦ ਪਿਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨਹੀਂ ਮੰਨਦੇ ਤਾਂ ਫਿਰ ਸਾਡੀ ਇਹਨੇ ਕਿੱਥੋਂ ਮੰਨਣੀ ਇਹਨਾ ਸ਼ਰਮ ਲਾ ਕੇ ਫੜ ਲਈ ਇਹਨਾਂ ਨੂੰ ਕੋਈ ਨਹੀਂ ਹੁਣ ਲੈਣਾ ਦੇਣਾ ਕਿਸੇ ਦਲ ਪਰ ਜਿਹੜਾ ਉਥੇ ਚੱਲਣ ਡਿਆ ਸੈਸ਼ਨ ਉਥੇ ਵੀ ਐਨੇ ਵਿਧਾਇਕ ਜਿਹੜੇ ਗਏ ਉਹ ਬੋਲਦਾ ਥੋੜੀ ਕੋਈ ਉਥੇ ਲੜੀ ਜਾਂਦੇ ਆਪਸ ਚ ਇੱਕ ਦੂਜੇ ਨੂੰ ਕਈ ਜਾਂਦੇ ਤੇ ਹੁਣ ਮੈਨੂੰ ਦੱਸੋ ਇੱਥੇ ਮੰਡੀ ਦੇ ਆਲੇ ਦੁਆਲੇ ਵੀ ਤਾਰਾਂ ਲਾ ਕੇ ਜੰਦਰਾ ਮਾਰਦੀਆਂ ਲੋਕਾਂ ਨੂੰ ਤਾੜਦੀਆਂ ਇੱਥੇ ਇੱਥੇ ਤੇ ਸਬਜੀ ਬੜੇ ਜਿਹੜੀਆਂ ਪੂਰੇ ਭਾਰਤ ਦੇ ਵਿੱਚ ਸਪਲਾਈ ਹੁੰਦੀ ਹੈ ਸਬਜੀ ਦੀ ਪਰ ਫਿਰ ਵੀ ਕਿਉਂ ਨਹੀਂ ਧਿਆਨ ਜਾਂਦਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਨੇ ਜਾਂਦੀਆਂ ਨੇ ਪ੍ਰਸ਼ਾਸਨ ਦਾ ਧਿਆਨ ਕਿ ਪ੍ਰਸ਼ਾਸਨ ਦਾ ਧਿਆਨ ਜੇ ਲੜਾਈਆਂ ਤੋਂ ਜਾਂ ਆਪਣੇ ਉਹਨਾਂ ਕੰਮਾਂ ਤੋਂ ਪਰੇ ਹੋਵੇ ਤਾਂ ਤਾਂ ਹੀ ਆ ਉਹ ਤੇ ਜਿਹੜਾ ਬੋਲਦਾ ਉਹਦੇ ਤੇ ਨਿਆਇ ਪਰਚਾ ਦੇ ਦਿੰਦੇ ਆ ਉਹਨਾਂ ਨੂੰ ਕੋਈ ਕੰਮ ਕਰਨ ਵਾਲਾ ਨਹੀਂ ਉਹਨਾਂ ਨੂੰ ਕੰਮਚੋਰ ਬੰਦੇ ਚਾਹੀਦੇ ਆ ਤੇ ਜਿਹੜੇ ਅੱਜ ਲੋਕ ਆ ਉਹ ਕੰਮ ਮੰਗਦੇ ਚੰਮ ਨਹੀਂ ਮੰਗਦੇ ਵਿਚਾਰੇ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਦਾ ਕੀ ਕਸੂਰ ਆ ਇੰਨੇ ਗੰਦੀਆਂ ਸਮੈਲਾਂ ਆਉਂਦੀਆਂ ਵਾਲੇ ਦੁਆਲੇ ਇੱਥੇ ਘੱਟਾ ਇੰਨਾ ਉੜਦਾ ਇੱਥੇ ਹੁਣ ਆ ਬਾਰਸ਼ਾਂ ਦਾ ਮੌਸਮ ਥੁਰੂ ਆਇਆ ਤਾਂ ਕਈ ਬਿਮਾਰੀਆਂ ਪੈਦਾ ਹੋਣੀਆਂ ਤੇ ਕਸੂਰ ਕੀ ਇਹਨਾਂ ਦਾ ਆਮ ਲੋਕਾਂ ਦਾ ਕੀ ਕਸੂਰ ਆ ਜਦੋਂ ਇੱਥੇ ਕਿਸੇ ਨੇ ਆਉਣਾ ਹੀ ਨਹੀਂ ਇਹਨਾਂ ਦੀ ਸਾਰੀ ਨਹੀਂ ਲੈਣੀ ਵਿਚਾਰਿਆਂ ਦੀ ਜਦੋਂ ਵੋਟਾਂ ਆਉਣੀਆਂ ਫਿਰ ਇਹਦੇ ਚੱਕਰ ਮਾਰਦੇ ਵਿਖਿਆ ਕਰੋ ਕਦੇ ਝਾੜੂ ਫੜ ਕੇ ਆਪ ਡੇ ਹੁੰਦੇ ਮਾਰਨ ਤੇ ਉਦਾਂ ਇੱਥੇ ਕੋਈ ਵੱਡਦਾ ਹੀ ਨਹੀਂ ਆ ਆ ਚੈਨਲ ਵਾਲੇ ਜਿਹੜੇ ਸਾਡੇ ਅੰਮ੍ਰਿਤਸਰ ਦੇ ਇਹਨੇ ਵਿਵਾਦਤ ਗੱਲਾਂ ਵਿਖਾਉਂਦੇ ਰਹਿੰਦੇ ਫਜ਼ੂਲ ਦੀਆਂ ਇੱਥੇ ਆਇਆ ਕਰਨ ਮੈਨੂੰ ਤੇ ਸਮਝ ਨਹੀਂ ਆਉਂਦੀ ਉੱਥੇ ਬੈਠੇ ਕੀ ਕਰਦੇ ਰਹਿੰਦੇ ਆਣ ਕਿ ਆ ਚੀਜ਼ਾਂ ਵਿਖਾਉਣ ਇਹ ਚੀਜ਼ਾਂ ਵਿਖਾਉਣ ਵਾਲੀਆਂ ਵਾ ਉੱਥੇ ਆਪਾਂ ਕੋਈ ਕਲਾਕਾਰ ਕੇ ਨੂੰ ਗਾਲਾਂ ਕੱਢਦਾ ਚੁੱਕ ਕੇ ਮਿੰਟੇ ਚ ਪਾ ਦਿੰਨੇ ਉਹਨੂੰ ਉਹ ਕਹਿੰਦਾ ਕੋਈ ਪ੍ਰਚਾਰਕ ਲੜ ਪਿਆ ਕਹਿੰਦਾ ਇੱਥੇ ਆਓ ਆ ਲੋਕਾਂ ਦੇ ਮੁੱਦੇ ਆ ਇਹ ਤੁਹਾਡੀ ਜਾਨ ਨੂੰ ਲੋਕੀ ਰੋਂਦੇ ਇੱਥੇ ਆਣ ਕੇ ਵੇਖੋ ਵੀ ਇਹ ਕੀ ਕਸੂਰ ਹੈ ਇਹਨਾਂ ਦਾ ਵਿਚਾਰਿਆਂ ਦਾ ਜਿਵੇਂ ਮੀਂਹ ਮੀਂਹ ਆ ਜਾਏ بارش ਆ ਜਾਏ ਹਨੇਰੀ ਆ ਜਾਏ ਤਾਂ ਕੀ ਹਾਲਾਤ ਬਣਦੇ ਹੋਣ ਜੇ ਇੱਥੇ ਜੇ ਹੁਣ ਇਸ ਤਰ੍ਹਾਂ ਦੇ ਹਾਲਾਤ ਨੇ ਜੇ ਮੀਂਹ بارش ਹੁੰਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਆ ਇਹ ਤੇ ਉਸ ਬੰਦੇ ਨੂੰ ਪੁੱਛੋ ਜਿਹਨੂੰ ਮੰਡੀ ਦਾ ਠੇਕਾ ਦਿੱਤਾ ਠੀਕ ਹੈ ਜੀ ਉਹਨਾਂ ਨੂੰ ਪੁੱਛੋ ਜਿਹੜੇ ਬਾਹਰ ਪਰਚੀ ਕੱਟਦੇ ਆ ਉਹਨਾਂ ਨੂੰ ਪੁੱਛੋ ਵਿਚਾਰਿਆਂ ਨੂੰ ਗਰੀਬਾਂ ਨੂੰ ਜਿਹੜੇ ਇੱਥੇ ਕਿੱਦਾਂ ਘਰੋਂ ਆਪਣੇ ਸਬਜ਼ੀ ਤੋੜ ਕੇ ਲਿਉਂਦੇ ਕਿੱਦਾਂ ਵੇਚ ਕੇ ਚੱਲਦੇ ਔਰ ਜਿਹੜੇ ਇੱਥੋਂ ਲੈ ਕੇ ਜਾਂਦੇ ਵਿਚਾਰੇ ਕਿੱਦਾਂ ਆਪਣਾ ਗੁਜ਼ਾਰਾ ਕਰਦੇ ਆ ਤੇ ਇੱਥੇ ਇਹਨਾਂ ਨੂੰ ਥੋੜੀ ਲੈਣਾ ਦੇਣਾ ਹੈਗਾ ਕਿਸੇ ਨੂੰ ਇੱਥੇ ਤੇ ਜਿਹੜੇ ਪ੍ਰਸ਼ਾਸਨ ਵਾਲੇ ਆ ਜਾਂ ਸਾਡੇ ਲੀਡਰ ਆ ਉਹਨਾਂ ਨੂੰ ਤੇ ਫालतू ਗੱਲਾਂ ਨਾਲ ਫਜ਼ੂਲ ਟਾਈਮ ਹੀ ਨਹੀਂ ਹੈਗਾ ਉਹਨਾਂ ਕੋ ਉਹ ਤੇ ਆਉਂਦੇ ਆ ਫਾਰਮੈਲਟੀਆਂ ਕਰਕੇ ਤੇ ਗਾਹ ਜਾਂਦੇ ਆ ਇੱਥੇ ਆਣ ਕੇ ਪਤਾ ਲੱਗਦਾ ਵੀ ਆ ਕਿੰਨੀ ਕਿ ਸਾਫ ਸਫਾਈ ਕਿੰਨਾ ਕੰਮ ਹੈ ਇਹ ਮੰਡੀ ਕਿਤੇ ਅੱਜ ਦੀ ਥੋੜੀ ਬੜੇ ਚਿਰ ਦਾ ਮੰਡੀ ਨਰਕ ਬਣ ਗਈ ਹੈ ਬੜਾ ਬੁਰਾ ਹਾਲ ਹੈ ਇੱਥੇ ਪ੍ਰਸ਼ਾਸਨ ਨੂੰ ਲੈ ਕੇ ਆਉਣਾ ਚਾਹੀਦਾ ਮੈਂ ਤੇ ਇੱਥੋਂ ਦੇ ਪੰਜ ਵ代ਕ ਹੈ ਵੀ ਸਾਹਿਬ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰ ਵੀ ਇਹਨਾਂ ਨੂੰ ਲੈ ਕੇ ਆਓ ਨਾਲੇ ਇੱਥੇ ਵਿਖਾਓ ਵੀ ਕਿਹੜੀ ਸਮਾਰਟ ਸਿਟੀ ਆ ਸਮਾਰਟ ਸਿਟੀ ਆ ਇੱਥੇ ਆਉਣ ਆਣ ਕੇ ਇੱਥੇ ਵੀ ਜਾਣ ਤੇ ਉੱਥੇ ਡੰਪ ਤੇ ਵੀ ਜਾਣ ਗੁਰਨਾਨਕਾ ਹਸਪਤਾਲ ਵੀ ਜਾਣ ਡੀਟੀਓ ਦਫਤਰ ਵੇਖੋ ਸੂਰ ਫੇਰਣ ਜਾ ਕੇ ਉੱਥੇ ਪਰ ਜਦੋਂ ਜਿਸੇ ਮੰਤਰੀ ਨੇ ਐਮਐਲਏ ਨੇ ਆਉਣਾ ਹੁੰਦਾ ਉਦੋਂ ਤਾਂ ਬੜੀਆਂ ਸਾਫ ਸਫਾਈਆਂ ਨਜ਼ਰ ਆਉਂਦੀਆਂ ਨੇ ਪਰ ਜਦੋਂ ਐਮਐਲਏ ਮੰਤਰੀ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਹਾਲਾਤ ਉਹੋ ਜਿਹੇ ਹੀ ਹੋ ਜਾਂਦੇ ਨੇ ਕੀ ਹੋ ਜੇ ਆ ਸਾਰੇ ਲੋਕ ਦੁਖੀ ਆ ਵਿਚਾਰੇ ਖਲੋਤੇ ਜਿਹੜੇ ਇਹਨਾਂ ਨੂੰ ਪੁੱਛੋ ਇੱਥੇ ਸਾਫ ਸਫਾਈ ਹੁੰਦੀ ਆ ਆ ਦੱਸੋ ਆ ਮੈਂ ਸਖਾਤਾ ਇਹਨਾਂ ਨੂੰ ਆ ਕਿੰਨੇ ਲੋਕ ਖਲੋਤੇ ਇਹਨਾਂ ਪੁੱਛ ਲਓ ਸਾਫ ਸਫਾਈ ਹੁੰਦੀ ਇੱਥੇ ਇੱਥੇ ਸਾਫ ਸਫਾਈ ਹੁੰਦੀ ਆ ਕਿਉਂ ਜੀ ਇੱਥੇ ਸਾਫ ਸਫਾਈ ਹੁੰਦੀ ਆ ਆ ਦੱਸੋ ਆ ਕਿੰਨੇ ਜਣੇ ਖਲੋਤੇ ਕਿੰਨੀ ਕੁ ਸਾਫ ਸਫਾਈ ਆ ਨਜ਼ਰ ਆਉਣੀ ਡਈ ਸਾਰੀ ਇੱਥੇ ਆ ਬਾਜੀ ਕਿਸ ਤਰ੍ਹਾਂ ਦੇ ਹਾਲਾਤ ਆ ਅਸੀਂ ਦੇਖਦੇ ਪਏ ਆ ਬਹੁਤ ਹੀ ਬੁਰੇ ਹਾਲਾਤ ਨੇ ਮੰਡੀ ਦੇ ਕਿਵੇਂ ਦੇਖਦੇ ਹੋ ਸਰ ਬਹੁਤ ਨਰਕੇ ਤੇ ਬਹੁਤ ਬੁਰਾ ਹਾਲ ਆ ਮੰਡੀ 'ਚ ਸਾਰਾ ਜਦੋਂ ਮਹੀ ਪੈ ਜਾਂਦਾ ਬਹੁਤ ਚਿਕੜੋ ਜਾਂਦਾ ਨੰਗਾ ਨਹੀਂ ਜਾਂਦਾ। ਸਫਾਈ ਹੁੰਦੀ ਨਹੀਂ ਇੱਥੇ। ਸਰਸ ਮਾੜੀ ਮੋੜੀ ਮਾਰ ਕੇ ਝਾੜੂ ਚਲ ਜਾਂਦੇ। ਬਾਅਦ ਚ ਮੁੜ ਕੇ ਕੋਈ ਪੁੱਛਦਾ ਨਹੀਂ। ਪਰਚੀ 60 70 ਹੀ ਉਹ 100 ਹੋ ਗਈ ਆ। ਉਹ ਲੜ ਲੜ ਕੇ ਲਈ ਜਾਂਦੇ ਆ। ਸਫਾਈ ਕੋਈ ਹੁੰਦੀ ਨਹੀਂ। ਇਹ ਸਬਜ਼ੀ ਮੰਡੀ ਵੀ ਨਾਲ ਆ ਫਰੂਟ ਮੰਡੀ ਆ ਫਲਾਂ ਦੀ ਮੰਡੀ ਵੀ ਨਾਲ ਆ। ਐਡੀ ਵੱਡੀ ਮੰਡੀ ਆ ਅਮਰਸਰ ਦੀ ਸਭ ਤੋਂ ਵੱਡੀ ਮੰਡੀ ਆ। ਕਿਉਂ ਨਹੀਂ ਧਿਆਨ ਦਿੱਤਾ ਜਾਂਦਾ? ਪਰ ਹਿਮਾਚਲ ਤੱਕ ਮਾਰੇ ਪਹੁੰਚਣੇ ਸਾਰਾ। ਪਰ ਸਫਾਈ ਦਾ ਕੋਈ ਹੈ ਨਹੀਂ। ਇੰਤਜਾਮ। ਜੇ ਜਦੋਂ ਮੀਂਹ ਮਾ ਪੈ ਜਾਂਦਾ ਉਦੋਂ ਕੀ ਹਲਾਅ ਪੈ ਜਾਂਦਾ। ਸਰ ਬਹੁਤ ਚੱਕੜ ਹੋ ਜਾਂਦਾ ਉਹ ਨੰਗੇ ਨਹੀਂ ਜਾਂਦਾ। ਗੱਡੀਆਂ ਕੋਈ ਸਲਿੱਪ ਮਾਰ ਕੇ ਕੋਈ ਆਉਣ ਨੂੰ ਜਾਂਦੀ ਕੋਈ ਆਉਣ ਨੂੰ ਜਾਂਦੀ। ਬੁਰਾ ਹਾਲ ਹੋ ਜਾਂਦਾ। ਮੈਂ ਇਹ ਹਰਿਆਵਾਰਾ ਬੇਜਵਾਨ ਜਾਨਵਰ ਵੀ ਪਰਮਾਰ ਪਈ ਪਈ ਐ ਇਥੇ ਸਬਜ਼ੀ ਮੰਡੀ ਨਹੀਂ ਜੀ ਆਪਦੀ ਪਸ਼ੂ ਮੰਡੀ ਜ्यादा ਜਿਆਦਾ। ਜਿਆਦਾ ਸਰ ਪਸ਼ੂ ਮੰਡੀ ਆ। ਹਾਂ ਜੀ ਸਰ। ਹਾਸੇ ਵੀ ਹੋ ਜਾਂਦੇ ਨੁਕਸਾਨ ਵੀ ਹੁੰਦਾ ਇਨ੍ਹਾਂ ਜਾਨਵਰਾਂ ਨਾਲ। ਹਾਂ ਜੀ ਹਾਂ ਜੀ ਹਾਂ ਜੀ ਸਰ। ਕੇਵਲ ਗੱਡੀਆਂ-ਗੋਡੀਆਂ ਤੋੜ ਜਾਂਦੇ ਸਰ। ਲੜ ਲੜ ਕੇ ਜਾਨਵਰ ਬਹੁਤ ਬੁਰਾ ਹਾਲ ਹੁੰਦਾ। ਸ਼ਿਕਾਂਤਾਂ ਭਾਂਡੇ ਆ ਤੇ ਹੋਰ ਵੀ ਵੀਰ ਇੱਥੇ ਪਹੁੰਚੇ ਨੇ ਹਾਂਜੀ ਵੀਰ ਜੀ ਨਾਮ ਜੀ ਤੁਹਾਡਾ ਮੇਰਾ ਦੀਪਕ ਜੀ ਕੀ ਪਰੇਸ਼ਾਨੀਆਂ ਆ ਰਹੀਆਂ ਮੰਡੇ ਪਰੇਸ਼ਾਨੀ ਜੀ ਮੈਡਮ ਜੀਵਨ ਜੋਤ ਕੋਰ ਵਧੀਆ ਫੜੀਆਂ ਨੂੰ ਜਗ੍ਹਾ ਦੇ ਕੇ ਗਏ ਵਧੀਆ ਢੰਗ ਨਾਲ ਭਾਂਡੇ ਆ ਸਾਫ ਸਫਾਈ ਹੋਈ ਹੈ ਸਭ ਕੁਝ ਹੋਇਆ ਮਿੱਟੀ ਪਈ ਭਰਦੀ ਪਈ 5 7 8 ਦੀ ਜਿਹੜਾ ਫਿਰ ਬਿੜਾ ਕਰ ਰਹੇ ਨੇ ਉਹ ਕਹਿੰਦੇ ਮੈਡਮ ਸੁਧਾਰ ਕਿਉਂ ਕਰਦੀ ਪਈਏ ਉਹ ਨਹੀਂ ਆਪਾਂ ਹੁੰਦੇ ਨਾ ਸਾਫ ਸਫਾਈ ਕਿਉਂ ਨਹੀਂ ਹੋ ਰਹੀ ਥੇ ਸਾਫ ਸਫਾਈ ਉਹ ਵੇਖੋ ਜੀ ਸਾਰੀ ਹੋਣ ਦੀ ਹੈ ਸਭ ਕੁਝ ਕਰਦੇ ਨੇ ਪਰ ਜਿਹੜੇ ਮੰਡੀ ਦੇ ਆੜ੍ਹਤੀ ਆ ਪੰਜ ਸੱਤ ਤੋਂ ਹੋਣ ਹੀ ਨਹੀਂ ਦਿੰਦੇ ਪਰ ਇੰਨਾ ਮੈਂ ਦੇਖੋ ਨਜ਼ਰ ਆ ਰਿਹਾ ਅਸੀਂ ਨਹੀਂ ਬੋਲ ਰਹੇ ਤਸਵੀਰਾਂ ਬੋਲ ਰਹੀਆਂ ਨੇ ਬੇਜਬਾਨ ਜਾਨਵਰ ਜੇ ਉਹ ਇੱਕ ਜਿਹੜੇ ਛੜਛੂ ਟੁੱਟੇ ਹਨ ਜਿਹੜੇ ਰਿਪੇਅਰ ਨਹੀਂ ਹੋ ਰਹੇ ਸਿਰਫ ਆਰਮੀ ਦੇ ਐਕਟ ਕਰਕੇ ਉਹ ਵੀ ਕਮੈਡਮ ਨੇ ਸਭਿਧਾਨ ਸਭਾ ਦੇ ਤਿੰਨ ਚਾਰ ਦਿਨ ਪਹਿਲੇ ਕਿਹਾ ਵਾ ਕਿ ਮੰਡੀ ਦਾ ਬਹੁਤ ਪਰੇਸ਼ਾਨੀਆਂ ਹੈਗੀਆਂ ਵਾ ਕੋਈ ਹੱਲ ਕੀਤਾ ਜਾਵੇ ਹਾਲ ਦੇ ਸਰਕਾਰ ਨੇ ਮਾੜਾ ਮਾੜਾ ਕੋਈ ਅਥੋਰਟੀ ਉਹਨਾਂ ਨੂੰ ਦੇਣਗੇ ਤੇ ਕਰਨਗੇ ਜੋ ਕੋਈ ਕੰਮ ਛੋਰੀ ਸਾਰੀ ਦਾ ਹੋਣ ਲੱਗਦਾ ਵਾ ਤੇ ਪੰਜ ਸੱਤ ਆੜ ਦੀ ਜਿਹੜੇ ਨੇ ਸ਼ੈਤਾਨ ਉਹ ਕੰਮ ਹੋਣ ਨਹੀਂ ਦਿੰਦੇ ਤੁਸੀਂ ਆੜਤੀਓ ਇੱਥੇ ਤੁਹਾਡਾ ਚੀਜ਼ ਨਹੀਂ ਆਪਣਾ ਵੀ ਆੜ ਦਾ ਕੰਮ ਆ ਜੀ ਹਾਂ ਜੀ ਪਰ ਵੀਰ ਜੀ ਚਲੋ ਇਹ ਆਮ ਜਨਤਾ ਦੇ ਵੀ ਥੋੜੇ ਜੇ આરોਪ ਨਹੀਂ ਜੇ ਸਵਾਬ ਸਫਾਈ ਨਹੀਂ ਹੁੰਦੀ ਇੱਥੇ ਬੇਜਬਾਨ ਜਾਨਵਰਾਂ ਨਾਲ ਵੱਡੇ ਹਾਦਸੇ ਹੁੰਦੇ ਨੇ ਜੋ ਐਕਸੀਡੈਂਟ ਵੀ ਹੋ ਜਾਂਦੇ ਨੇ ਤਾਂ ਕਿਉਂ ਨਹੀਂ ਇਧਰ ਧਿਆਨ ਦਿੱਤਾ ਜਾ ਰਿਹਾ ਹੁੰਦਾ ਇਧਰ ਹੁਣ ਸਫਾਈ ਉਹਨੂੰ ਤੁਸੀਂ ਮਾਰਕ ਮਿੱਟੀਆ ਵਿੱਚ ਪੁੱਛੋਗੇ ਸਫਾਈ ਤੇ ਕਰਦੇ ਵਾ ਸੜਕਾ ਥੋੜਾ ਹੁੰਦੀ ਆ ਇਥੇ ਤਾਂ ਕਰਕੇ ਇਹ ਵਰਤੋ ਜੇ ਨਹੀਂ ਨਾ ਹੁੰਦਾ ਬਲੱਡ ਸਾਰੀ ਮੰਡੀ ਤੇ ਗੰਦਗੀ ਆ ਮੈਡਮ ਵੀ ਤੁਹਾਡੇ ਉਦੋਂ ਬੋਲੇ ਜਦੋਂ ਅਸੀਂ ਇਹ ਚੀਜ਼ ਨੂੰ ਵਿਖਾਇਆ ਵਾ ਅਸੀਂ ਕਿਸੇ ਪਾਰਟੀ ਦੀ ਗੱਲ ਨਾ ਕਰੀਏ ਅਸੀਂ ਇੱਥੋਂ ਦੇ ਜੰਮੇ ਪਲੇ ਆ ਨਾ ਤੇ ਆਪਾ ਆੜਤੀਆਂ ਦੀ ਗੱਲ ਕਰੀਏ ਜਦੋਂ ਵਿਧਾਇਕ ਜਾਂ ਸਰਕਾਰ ਕੋਈ ਕਰਾਉਣ ਤੇ ਆ ਜੇ ਤੇ ਕੋਈ ਨਹੀਂ ਰੋਕ ਸਕਦਾ ਠੀਕ ਹੈ ਨਾ ਇੱਥੇ ਮੈਨੂੰ ਦੱਸੋ ਇੱਥੇ ਇਨੇ ਇਹਨੇ ਖਲੋਤੇ ਅਸੀਂ ਇੱਥੋਂ ਦੇ ਜੰਮੇ ਪਲੇ ਆ ਆ ਦੂਰ ਦੂਰ ਤੱਕ ਗਾਂ ਦੀ ਗੰਦ ਵਾਲੇ ਦੁਆਲੇ ਕਿੱਥੇ ਸਫਾਈ ਹੋਈ ਮੈਨੂੰ ਤੁਸੀਂ ਇੱਕ ਵਾਰ ਵਿਖਾ ਦਿਓ ਵੀ ਆ ਜਾ ਕੇ ਇੱਥੇ ਸਾਡੇ ਲੀਡਰ ਜਿਹੜੇ ਆਉਂਦੇ ਆ ਕੋਈ ਵੀ ਚਾਹੇ ਆ ਪ ਤੇ ਨਾ ਸਰਕਾਰਾਂ ਚਲ ਗਈਆਂ ਕਾਲੀ ਦਲ ਔਰ ਕਾਂਗਰਸ ਆਈ ਬਾਦ ਚ ਹੁਣ ਆਮ ਆਦਮੀ ਪਾਰਟੀ ਦੀ ਸਾਰੇ ਆਉਂਦੇ ਆ ਤੁਸੀਂ ਬੁਲਾਓਗੇ ਤੇ ਉਹਨਾਂ ਆਉਣਾ ਹੀ ਆ ਵੋਟਾਂ ਪਾਉਣ ਲਈ ਕਿਉਂਕਿ ਤੁਸੀਂ ਵੋਟਾਂ ਪਾਉਂਦੇ ਜੇ ਤੁਸੀਂ ਚੁਣਦੇ ਜੇ ਪਰ ਜਿਹੜੇ ਇੱਥੋਂ ਦੇ ਹਾਲਾਤ ਆ ਇਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਥੋੜੀ ਕਿਸੇ ਦਾ ਜਿਹੜੇ ਕਿਸਾਨ ਵੀਰ ਆਉਂਦੇ ਇੱਥੇ ਸਬਜ਼ੀ ਲੈ ਕੇ ਉਹ ਵੇਚ ਕੇ ਚਲ ਜਾਂਦੇ ਆ ਗਾੜੀ ਜਿਹੜੇ ਵੇਚਣ ਜਾਂਦੇ ਆ ਉੱਥੇ ਇੱਕ ਪਰਚੀ ਘੱਟ ਕੇ ਆਪਾਂ ਕੱਲ੍ਹ ਦੇ ਇਹਦਾ ਠੇਕਾ ਵੀ ਆ ਸਾਫ ਸਫਾਈ ਦਾ ਤੇ ਫਿਰ ਮੈਨੂੰ ਦੱਸੋ ਆਪਾਂ ਟੈਕਸ ਕਿਉਂ ਲੈਂਦੇ ਆ ਲੋਕੀ ਟੈਕਸ ਦਿੰਦੇ ਆ ਤੇ ਸਾਫ ਸਫਾਈ ਉਹਨ ਇਦੇ ਵਿੱਚ ਤੇ ਆਰਮੀ ਦੀ ਜੇ ਗੱਲ ਆ ਤੇ ਇੱਥੋਂ ਦੇ ਐਮਪੀ ਨੂੰ ਬੁਲਾ ਲੈਨੇ ਆਪਾਂ ਉਹ ਆਰਮੀ ਨਾਲ ਗੱਲ ਕਰ ਲੈਣਗੇ ਦੱਸੋ ਤੁਸੀਂ ਕਦੋਂ ਲਿਆਉਣਾ ਐਮਪੀ ਸਾਹਿਬ ਨੂੰ ਕਹਿ ਦਿੰਨਾ ਉਹ ਵੀ ਜਾਣਦੇ ਹਰ ਜਗ੍ਹਾ ਤੇ ਮੈਡਮ ਨੂੰ ਵੀ ਬੁਲਾ ਲੈਨੇ ਆਪਾਂ ਇੱਥੇ ਪ੍ਰਸ਼ਾਸਨ ਨੂੰ ਵੀ ਸੱਦੀਏ ਤੇ ਹੱਲ ਕਰਾਈਏ ਸਾਫ ਸਫਾਈ ਤੇ ਕਿਤੇ ਵੀ ਨਹੀਂ ਹੋਈ ਸਾਫ ਸਫਾਈ ਇਨੇ ਬੰਦੇ ਖਲੋਤੇ ਆ ਇੱਕ ਬੰਦਾ ਵੀ ਕਹਦੇ ਜਿੱਥੇ ਸਾਫ ਸਫਾਈ ਜੇ ਸਾਫ ਸਫਾਈ ਕਿਤੇ ਹੁੰਦੀ ਹੋਵੇ ਤੇ ਭਾਜੀ ਆ ਲਫਾਫੇ ਤੇ ਆ ਥੋੜੀ ਹੋਵੇ ਇਹ ਤੇ ਉਹ ਇਜ਼ਰਾਈਲ ਵਾਲੀ ਜਿਹੜੀ ਜੰਗ ਲੱਗੀ ਉਹ ਬਣਾਤਾ ਗਾਜਾ ਪੱਟੀਆਂ ਕਿਦਾਂ ਟੀਨਾ ਟੁੱਟੀਆਂ ਉੱਥੇ ਬੰਦੇ ਵਸਦੇ ਇਹ ਵਿਚਾਰਿਆਂ ਦਾ ਕਸੂਰ ਜੀ ਬ ਪਰ ਬੜੇ ਜਾਨਿਆਂ ਦੇ ਇਹ ਵੀ ਰੋਗ ਆ ਰਹੀਆਂ ਇੱਥੋਂ ਬਿਮਾਰੀਆਂ ਵੀ ਫੈਲਦੀਆਂ ਪਈਆਂ ਨੇ ਰੋਜੀ ਰੋਟੀ ਮਿਲਦੀ ਆ ਤੇ ਬਿਮਾਰੀਆਂ ਵੀ ਨਾਲ ਲੈ ਕੇ ਜਾਂਦੇ ਨੇ ਤਾਂ ਉਹਨਾਂ ਦਾ ਕਿਵੇਂ ਹਾਲ ਹੋ ਸਕਦਾ ਤੁਸੀਂ ਵੀ ਚਲੋ ਆਰਤੀਓ ਇੱਥੇ ਤਾਂ ਰਹਿਣ ਵਾਲੇ ਤੁਹਾਡੇ ਵੀ ਬੱਚੇ ਨੇ ਬਿਮਾਰੀਆਂ ਤਾਂ ਫੈਲਦੀਆਂ ਨਜ਼ਰ ਆ ਰਹੀਆਂ ਕਿ ਉਹ ਹਾਲਾਤ ਹੀ ਇਹੋ ਜਿਹੇ ਬਣੇ ਹੋਏ ਉਹ ਤੇ ਹੁਣ ਸਫਾਈ ਕਰਮਚਾਰੀਆਂ ਨਾਲ ਗੱਲ ਕਰਨੀ ਬਣੀ ਕਿ ਸਫਾਈ ਕਿਉਂ ਨਹੀਂ ਕਰਦੇ ਉਹ ਤੇ ਮੈਟਰ ਜਿਵੇਂ ਕਹਿੰਦੇ ਭਾਜੀ ਕੀ ਸਾਂਝਾ ਮਸਲਾ ਵਾ ਕੇ ਐਮਪੀ ਸਾਹਿਬ ਨੂੰ ਬੁਲਾਵਾਂਗਾ ਕਿ ਗੱਲ ਕਰਨਗੇ ਡਿਬੇਟ ਕਰਨਗੇ ਆਪਣੇ ਹਿਸਾਬ ਨਾਲ ਕਿਉਂ ਨਹੀਂ ਸਫਾਈ ਹੁੰਦੀ ਇਹ ਜਗਾ ਕਿਉਂ ਖਾਲੀ ਛੱਡੀ ਦੀ ਹੈ ਕਿਹੜੇ ਵਾਸਤੇ ਛੱਡੀ ਦੀ ਬਾਕੀ ਜਿਹੜੀ ਸਾਨੂੰ ਜਗਾ ਮਿਲ ਗਈ ਉਹ ਬਹੁਤ ਵਧੀਆ ਦੋ ਤਿੰਨ ਦਿਨਾਂ ਤੋਂ ਟਕੋਸਲੇ ਜੇ ਚੱਲਦੇ ਨੇ ਇੱਧਰ ਜੇ ਮੰਡੀ ਬੈ ਗਏ ਨੇ ਬੰਦੇ ਤੇ ਪਰਲੇ ਬੰਨੇ ਚਾਰ ਪੰਜ ਆੜ ਦੀ ਆਪਣੇ ਕੋਲੋਂ ਹੀ ਜਗਾ ਘੱਟ ਘੱਟ ਕੇ ਤੇ ਇੱਧਰ ਬਹੁਜੀ ਇੱਧਰ ਬਹੁਜੀ ਇੱਧਰ ਬਹੁਜੀ ਜਦ ਕਿ ਮੰਡੀ ਇੱਥੇ ਵਸ ਗਈ ਬੜੀ ਵਧੀਆ ਚਾਰ ਪੰਜ ਵਾਰੀ ਜੇ ਕਿਸੇ ਨੇ ਜਾੜਿਆ ਤੇ ਉਦੋਂ ਕੋਈ ਨਹੀਂ ਆਇਆ ਹੁਣ ਜੇ ਵਸਣ ਦੇ ਆ ਤੇ ਫੇਰ ਨਹੀਂ ਵਸਣ ਦੇ ਜਾਂਦੇ ਗੱਲ ਸਾਰੀ ਆ ਜਾੜਨ ਸਾਰਾ ਆ ਜਾਂਦੇ ਨੇ ਜਾੜਨ ਤੇ ਤਿੰਨ ਸਰਕਾਰਾਂ ਭਾਈ ਨੇ ਕਿ ਜਿਹੜਾਂ ਦਾ 2 ਕੋ ਸਾਲ ਬਾਅਦ ਕਿਸੇ ਬੰਦੇ ਦਾ ਵੀ ਕਾਰੋਬਾਰ ਇੱਕ ਦਿਨ ਚੱਲਦਾ ਸਟੈਂਡ ਹੁੰਦੇ ਹੁੰਦੇ ਘੱਟੋ ਘੱਟ ਸਾਲ 2 ਸਾਲ ਲੱਗਦੇ ਚਲੋ ਆੜੀਏ ਤੁਸੀਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਸਹੂਲਤਾਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਵੈਸੇ ਮੰਡੀ ਦੇ ਵਿੱਚ ਜਿਹੜੀਆਂ ਸਹੂਲਤਾਂ ਦੀ ਲੋੜ ਹੈ ਮੁਢਲੀਆਂ ਸਹੂਲਤਾਂ ਚਾਹੀਦੀਆਂ ਉਹ ਦੱਸੋ ਜ਼ਰੂਰੀ ਹੈ ਜੀ ਇਸ ਤਰ੍ਹਾਂ ਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਸ਼ਾਇਦ ਸਾਡੀ ਇਸ ਵੀਡੀਓ ਤੋਂ ਬਾਅਦ ਤਾਂ ਧਿਆਨ ਜਾਵੇ ਤੁਹਾਨੂੰ ਉਹ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣ ਸਹੂਲਤਾਂ ਇੱਕ ਪਾਣੀ ਪੀਣ ਵਾਲਾ ਇੱਕ ਬਾਥਰੂਮ ਤੇ ਇੱਕ ਸਫਾਈ ਮੇਨ ਜਿਹੜਾ ਮੁੱਦਾ ਹੈਗਾ ਮੇਨ ਤੇ ਇਹਨਾਂ ਮੁੱਦੇ ਹੈਗੇ ਆ ਤੇ ਇੱਕ ਲੈਟਰਨਿੰਗ ਬਾਥਰੂਮ ਜਿਹਦੇ ਵਿੱਚ ਕਿਸੇ ਨੂੰ ਜਾਣਾ ਜੁਣਾ ਹੋਵੇ ਕਿਤੇ ਇਹ ਤਿੰਨ ਸਹੂਲਤਾਂ ਜ਼ਰੂਰੀ ਹੀ ਹਈਆਂ ਨੇ ਇੱਕ ਜਿਹੜੇ ਫੜੀਏ ਜਿੱਥੇ ਬੈਠੇ ਉੱਥੇ ਬੈਠੇ ਰਹਿਣ ਕੋਈ ਉੱਥੋਂ ਠਾਵੇ ਨਾ ਕਿ ਕਿਸੇ ਦਾ ਵੀ ਦੁਕਾਨਦਾਰੀ ਦੇ ਸਾਧੋ ਸਾਲ ਜਾਂ ਸਟੈਂਡ ਹੁੰਦੀਆਂ ਨੇ ਤੇ ਦੋਹਾਂ ਸਾਲਾਂ ਬਾਅਦ ਫਿਰ ਉਹਨੂੰ ਠਾਇਆ ਜਾਂਦਾ ਵਾ ਹੁਣ ਮੈਡਮ ਬਿਠਾ ਗਏ ਨੇ ਬੜੇ ਵਧੀਆ ਇੱਕ ਤਰੀਕੇ ਨਾਲ ਕਿ ਚਲੋ ਇੱਥੇ ਬੈਗਦੀ ਰੋਟੀ ਪਾਣੀ ਆਪਣਾ ਕਮਾਓ ਸਾਰੇ ਬੰਦਿਆਂ ਦਾ ਕੰਮ ਤੁਰ ਪਿਆ ਦੋ ਚਾਰ ਪੰਜ ਦਿਨਾਂ ਤੋਂ ਹੁਣ ਤਿੰਨ ਚਾਰ ਦਿਨਾਂ ਤੋਂ ਹੁਣ ਫਿਰ ਨਵੀਂ ਸਕੀਮ ਜੀ ਜਲ ਪਈ ਹੈ ਚਾਰ ਨੰਬਰ ਛੜਦੇ ਲਾਗੇ ਛਾਗੇ ਉਹੀ ਜਿਹਨੇ 4 5 6 ਤੀਗੇ ਮੰਡੀ ਦਾ ਮਾਹੌਲ ਮਲਕੀ ਖਰਾਬ ਮੰਡੀ ਵਸਣ ਨਹੀਂ ਦੇਣੀ ਉਹਨਾਂ ਨੇ ਖਰਾਬ ਕਰਨੀ ਹਰ ਵਾਰੀ ਕਿ ਜੇ ਵਸ ਗਈਏ ਤੇ ਨਹੀਂ ਵਸਣੀ ਜੀ ਫਿਰ ਖਰਾਬ ਕਰ ਦੇਣੀ ਆਪਾਂ ਪਰ ਐਸੀ ਮੰਡੀ ਤੋਂ ਸਬਜ਼ੀ ਵੀ ਤੇ ਫਰੂਟ ਵੀ ਜਿਹੜੇ ਨੇ ਪੂਰੇ ਭਾਰਤ ਦੇ ਵਿੱਚ ਹੀ ਜਾਂਦੇ ਨੇ ਮੇਰੇ ਜਾਲਾ ਤੇ ਕੀ ਪ੍ਰਭਾਵ ਪੈਂਦਾ ਜਦੋਂ ਬਾਹਰੋਂ ਆਉਂਦੇ ਨੇ ਸਾਡੇ ਵੀਰ ਆਰਤਗੇ ਆਉਂਦੇ ਨੇ ਜਾਂ ਕਿਸਾਨ ਵੀ ਆਉਂਦੇ ਹੋਣਗੇ ਕੀ ਪ੍ਰਭਾਵ ਪੈਂਦਾ ਹੋਈ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਅੰਮ੍ਰਿਤਸਰ ਦੀ ਮੰਡੀ ਸਭ ਤੋਂ ਫੇਲ ਹੈ ਜੀ ਪੰਜਾਬ 'ਚ ਜਦਕਿ ਸਭ ਤੋਂ ਵੱਡੀ ਮੰਡੀ ਹੈ ਸਭ ਤੋਂ ਜ਼ਿਆਦਾ ਕਾਰੋਬਾਰ ਅੰਮ੍ਰਿਤਸਰ 'ਚ ਕਿ ਸਾਡੇ ਮੰਡੀ ਦੇ ਆਪਸ ਵਿੱਚ ਡਿਸਪੂਟ ਕਰਕੇ ਸੋਨੂੰ ਜਣੇ ਵਾਲਾ ਜੀ ਤੁਸੀਂ ਸਮਾਜ ਸੇਵੀ ਦੇ ਤੌਰ ਤੇ ਵਿਚਰਦੇ ਹੋ ਕਿ ਇਸ ਤਰ੍ਹਾਂ ਇਹਨਾਂ ਦਾ ਸੁਧਾਰ ਹੋ ਪਾਏਗਾ ਕਿ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੂੰ ਮਿਲ ਰੂ ਇਸ ਮੁੱਦੇ ਨੂੰ ਲੈ ਕੇ ਵੇਖੋ ਇਹਨਾਂ ਨੇ ਜਿਹੜੀ ਵੀਰ ਜੀ ਨੇ ਕਹੀ ਆ ਨਾ ਆਪਾਂ ਗੱਲ ਤੇ ਸਾਫ ਸਫਾਈ ਦੀ ਕਰਨੀ ਐ ਇਹਦੇ ਵਿੱਚ ਲੀਡਰਾਂ ਦੇ ਤੇ ਕਹਿ ਨਹੀਂ ਡਿਆ ਕਿਨੇ ਕੀ ਕਰਾਇਆ ਤੇ ਕਿਨੇ ਕੀ ਨਹੀਂ ਕਰਾਇਆ ਉਹ ਦੇਖਣੀ ਡਿਆ ਜੇ ਤੇ ਇੱਥੇ ਹੱਲ ਕਰਨਾ ਵਾ ਤੇ ਇੱਥੇ ਐਮਪੀ ਸਾਹਿਬ ਨੂੰ ਬੁਲਾ ਲ ਕੇ ਐਮਐਲਏ ਸਾਹਿਬ ਜਿਹੜੇ ਇੱਥੋਂ ਦੇ ਆਉਣ ਤੇ ਇੱਥੇ ਪ੍ਰਸ਼ਾਸਨ ਨੂੰ ਸੱਦ ਕੇ ਤੇ ਜਿਹੜਾ ਇੱਥੇ ਸਾਫ ਸਫਾਈ ਕਰਾਉਣ ਬਾਕੀ ਕਿੰਨੂੰ ਕਿੱਥੇ ਕੀ ਦੇਣ ਡੇ ਆਡੇ ਕਿੱਥੇ ਆਉ ਉਹ ਤੇ ਇੱਥੋਂ ਦੀ ਘਰੇਲੂ ਗੱਲਾਂ ਵਾ ਉਹਦੇ ਵਿੱਚ ਆਪਾਂ ਨੂੰ ਨਹੀਂ ਕੋਈ ਪਤਾ ਆਪਾਂ ਤੇ ਸਾਫ ਸਫਾਈ ਦਾ ਪਤਾ ਸਾਫ ਸਫਾਈ ਔਰ ਪਾਣੀ ਇਹ ਜ਼ਰੂਰੀ ਆ ਜਿਹੜਾ ਲੋਕਾਂ ਨੂੰ ਸਾਨੂੰ ਇੱਥੇ ਜਿਹੜੇ ਬਾਥਰੂਮ ਆ ਤੁਸੀਂ ਵੇਖੇ ਕਿੰਨੇ ਗੰਦੇ ਆ ਆਪਾਂ ਨੂੰ ਇਹ ਨਹੀਂ ਮਤਲਬ ਕਿ ਮੰਡੀ ਦੇ ਵਿੱਚ ਕੀ ਹੋਣ ਡਿਆ ਕਿਸੇ ਦਾ ਉਹ ਆਪਸੀ ਉਹਨਾਂ ਦੀ ਗੱਲਬਾਤ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਤੇ ਸਾਫ ਸਫਾਈ ਸਾਫ ਸਫਾਈ ਦੀ ਗੱਲ ਕਰੀਏ ਆਪਾਂ ਜਿਹੜੀ ਕਰਨੀ ਤਾਂ ਇਹ ਨੇ ਅੰਮ੍ਰਿਤਸਰ ਦੇ ਵੱਲਾ ਮੰਡੀ ਦੀਆਂ ਤਸਵੀਰਾਂ ਜਮੀਨੀ ਪੱਧਰ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇੱਥੋਂ ਦੇ ਰਹਿਣ ਵਾਲੇ ਜਾਂ ਇੱਥੋਂ ਦੇ ਜਿਹੜੇ ਆਰਤੀਏ ਨੇ ਉਹਨਾਂ ਨੇ ਵੀ ਆਪਣੀਆਂ ਪ੍ਰੋਬਲਮਾਂ ਆਪਣੀਆਂ ਮੁਸ਼ਕਲਾਂ ਦੱਸਿਆ ਨੇ ਕਿ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਸਾਫ ਸਫਾਈ ਦਾ ਇੰਤਜ਼ਾਮ ਹੋਣਾ ਚਾਹੀਦਾ ਤਾਂ ਸਮਾਸੇ ਵੀ ਵੀਰ ਵੀ ਇੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਇਹ ਮੋਢਲੀਆਂ ਸਹੂਲਤਾਂ ਦੇ ਆਂਦੀ ਜਿਹੜੀਆਂ ਮੰਗ ਕੀਤੀਆਂ ਹੁਣ ਦੇਖਦੇ ਆ ਇਸ ਵੀਡੀਓ ਤੋਂ ਬਾਅਦ ਕਿੰਨੀ ਜੇ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਲਾ ਮੰਡੀ ਦਾ ਚੰਨਾ ਸੁਧਾਰ ਹੁੰਦਾ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਜੀ ਲਾਲੀ ਅੰਮ੍ਰਿਤਸਰ